ਫਰੈਂਡਸ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸਣ ਜਾ ਰਹੀ ਹਾਂ ਕਿ ਕਿਸ ਤਰ੍ਹਾਂ ਕਿਸਾਨ ਅਤੇ ਸਾਬਕਾ ਫੌਜੀ ਜੇ ਕੋਈ ਜਾਣਕਾਰੀ ਲੈਣਾ ਚਾਹੁੰਦੇ ਨੇ ਕੈਨੇਡਾ ਦੇ ਬਾਰੇ ਤਾਂ ਉਹ ਫ੍ਰੀ ਦੇ ਵਿੱਚ ਜਾਣਕਾਰੀ ਕਿਸ ਤੰਗ ਦੇ ਨਾਲ ਲੈ ਸਕਦੇ ਨੇ ਕਿਉਂਕਿ ਅਸੀਂ ਉਹਨਾਂ ਦੀ ਹੈਲਪ ਕਰਨ ਲਈ ਪੂਰੀ ਤਿਆਰ ਹਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਕੈਨੇਡਾ ਬਹੁਤ ਹੀ ਵਧੀਆ ਕੰਟਰੀ ਹੈ ਉੱਥੇ ਕਿਸੇ ਤਰ੍ਹਾਂ ਦੀ ਕੋਈ ਕ腐ਸ਼ਨ ਨਹੀਂ ਚੱਲਦੀ ਅਤੇ ਨਾ ਹੀ ਕਿਸ ਤਰ੍ਹਾਂ ਦੀ ਕੋਈ ਸ਼ਿਫਾਰਸ਼ ਚੱਲਦੀ ਹੈ ਰਿਟਾਇਰਮੈਂਟ ਏਜ ਉਥੇ 65 ਸਾਲ ਹੈ ਅਤੇ ਮੈਡੀਕਲ ਅਤੇ ਪਲੱਸ 2 ਤੱਕ ਦੀ ਪੜ੍ਹਾਈ ਉਥੇ ਬੱਚਿਆਂ ਦੀ ਬਿਲਕੁਲ ਫ੍ਰੀ ਹੁੰਦੀ ਹੈ ਸੋ ਹਰ ਇੱਕ ਇਨਸਾਨ ਦਾ ਇਹੀ ਸੁਪਨਾ ਹੁੰਦਾ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੈਨੇਡਾ ਪਹੁੰਚ ਸਕੇ ਅਸੀਂ 31 ਮਾਰਚ 2021 ਤੱਕ ਭਾਰਤ ਦੇ ਕਿਸਾਨਾਂ ਅਤੇ ਸਾਬਕਾ ਫੌਜੀਆਂ ਨੂੰ ਫ੍ਰੀ ਵਿੱਚ ਕੈਨੇਡਾ ਦੀ ਜਾਣਕਾਰੀ ਦੇਣ ਲਈ ਤਿਆਰ ਹਾਂ ਅਸੀਂ ਵਚਨਬੱਧ ਹਾਂ ਕਿ ਅਸੀਂ ਉਹਨਾਂ ਨੂੰ ਇਹ ਜਾਣਕਾਰੀ ਫ੍ਰੀ ਦੇਵਾਂਗੇ ਕਨੇਡਾ ਦੇ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਫ੍ਰੀ ਦੇ ਵਿੱਚ ਤੁਹਾਡੇ ਵਾਸਤੇ ਕਨੇਡਾ ਦੀ ਵੈਬਸਾਈਟ ਹੈ ਉੱਥੋਂ ਤੁਸੀਂ ਲੈ ਸਕਦੇ ਹੋ ਜਿਹੜੀ ਆਫੀਸ਼ਲ ਵੈਬਸਾਈਟ ਹੈ ਕਨੇਡਾ ਦੀ ਉਹ ਤੁਸੀਂ ਨੋਟ ਕਰ ਸਕਦੇ ਹੋ ਉਹ ਵੈਬਸਾਈਟ ਹੈ www.canada.ca ਅਤੇ www.cic.gc.ca ਇਹਨਾਂ ਦੋਨਾਂ ਵੈਬਸਾਈਟ ਤੋਂ ਤੁਸੀਂ ਕਨੇਡਾ ਬਾਰੇ ਜਾਣਕਾਰੀ ਲੈ ਸਕਦੇ ਹੋ ਤੁਸੀਂ ਆਪਣੇ ਘਰੇ ਬੈਠ ਕੇ ਇਹ ਜਾਣਕਾਰੀ ਲੈ ਸਕਦੇ ਹੋ ਕਿ ਤੁਸੀਂ ਕਨੇਡਾ ਜਾਣ ਦੇ ਕਾਬਿਲ ਹੋ ਜਾਂ ਨਹੀਂ ਹੋ ਮਿਸਕਿ ਤੁਹਾਨੂੰ ਕਿਸੇ ਏਜੰਟ ਦੇ ਕੋਲ ਜਾ ਕੇ ਆਪਣੇ ਪੈਸੇ ਬਰਬਾਦ ਕਰਨ ਦੀ ਲੋੜ ਨਹੀਂ ਤੁਸੀਂ ਘਰੇ ਆਪ ਖੁਦ ਆਪਣੇ ਫੋਨ ਦੇ ਉੱਪਰ ਖੋਲ ਕੇ ਦੇਖ ਸਕਦੇ ਹੋ ਕਿ ਤੁਸੀਂ ਏਬਲ ਹੋ ਕੈਨੇਡਾ ਜਾਣ ਦੇ ਜਾਂ ਨਹੀਂ ਹੋ ਤੁਸੀਂ ਆਪਣੇ ਸੈੱਲ ਫੋਨ ਦੇ ਉੱਪਰ Google ਐਪਲੀਕੇਸ਼ਨ ਦੇ ਵਿੱਚ ਜਾ ਕੇ ਟਾਈਪ ਕਰਨਾ ਹੈ ਉਹ ਤੁਹਾਨੂੰ ਦੱਸਣ ਜਾ ਰਹੀ ਹਾਂ ਤੁਸੀਂ ਕੀ ਟਾਈਪ ਕਰੋਗੇ ਉੱਥੇ ਲਿਖੋਗੇ ਤੁਸੀਂ CRS ਸਕੋਰ ਕੈਲਕੂਲੇਟਰ ਜਿਦੇ ਵਿੱਚ ਤੁਹਾਡੀ ਉਮਰ ਤੁਹਾਡੀ ਪੜ੍ਹਾਈ ਦੇ ਕਿੰਨੇ ਸਾਲ ਨੇ ਉਹ ਤੁਹਾਡਾ ਕੀਤਾ ਤੁਹਾਡਾ ਤਜਰਬਾ ਤੁਸੀਂ ਮੈਰਿਡ ਹੋ ਜਾਂ ਅਨਮੈਰਿਡ ਹੋ ਤੁਹਾਡਾ ਸਟੇਟਸ ਅਤੇ ਤੁਹਾਡੀ ਇੰਗਲਿਸ਼ ਦੇ ਬਾਰੇ ਜਾਣਕਾਰੀ ਇਸ ਤਰ੍ਹਾਂ ਦੇ ਕਾਫੀ ਕੁਸਚਨ ਉਹਦੇ ਵਿੱਚ ਪੁੱਛੇ ਜਾਣਗੇ ਉਹਦੇ ਵਿੱਚ ਜਿਵੇਂ ਜਿਵੇਂ ਦੱਸਿਆ ਹੋਇਆ ਤੁਸੀਂ ਉਸਨਾਂ ਭਰਦੇ ਜਾਣਾ ਅਤੇ ਅਗਰ ਤੁਹਾਡੇ ਉਹਦੇ ਵਿੱਚ 100 ਤੋਂ 100 ਦੇ ਵਿੱਚੋਂ 67 ਪੁਆਇੰਟ ਬੰਦੇ ਨੇ ਤਾਂ ਤੁਸੀਂ ਕੈਨੇਡਾ ਜਾਣ ਦੇ ਕਾਬਿਲ ਹੋ ਤਾਂ ਮਿਲ ਕੇ ਤੁਸੀਂ ਕੈਨੇਡਾ ਜਾ ਸਕਦੇ ਹੋ ਜਿਹੜਾ ਇਹ ਫਾਰਮੂਲਾ ਹੈ ਇਹ ਕੈਨੇਡਾ ਦੀ ਐਕਸਪ੍ਰੈਸ ਐਂਟਰੀ ਦੇ ਵਾਸਤੇ ਹੈ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਸੋ ਤੁਸੀਂ ਘਰੇ ਬੈਠ ਕੇ ਆਪਣੇ CRS ਸਕੋਰ ਕਾਊਂਟ ਕਰ ਸਕਦੇ ਹੋ ਜੇਕਰ ਤੁਸੀਂ ਫ੍ਰੀ ਵਿੱਚ ਘਰ ਬੈਠੇ ਇੰਗਲਿਸ਼ ਗ੍ਰਾਮਰ ਜਾਂ ਆਇਲਟਸ ਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ YouTube ਦੇ ਚੈਨਲ ਦੇ ਉੱਪਰ ਜਾ ਕੇ ਉੱਤੇ ਫ੍ਰੀ ਦੇ ਵਿੱਚ YouTube ਦੇ ਉੱਪਰ ਇੰਗਲਿਸ਼ ਦੀ ਤਿਆਰੀ ਕਰਾਉਣ ਦੇ ਲੈਸਨ ਅਪਲੋਡ ਕੀਤੇ ਹੋਏ ਨੇ ਤੁਸੀਂ ਅਪਲੋਡ ਜਿਹੜੇ ਕੀਤੇ ਹੋਏ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਇੰਗਲਿਸ਼ ਦੀ ਤਿਆਰੀ ਕਰ ਸਕਦੇ ਹੋ ਕੈਨੇਡਾ ਤੇ ਇੰਡੀਆ ਦੇ ਸਿਸਟਮ ਦਾ ਕਾਫੀ ਜ਼ਿਆਦਾ ਫਰਕ ਹੈ ਅਤੇ ਉੱਥੋਂ ਦੇ ਜਿਹੜੇ ਸਟੇਟਸ ਨੇ ਉਹਨਾਂ ਦੇ ਸਟੇਟ ਨੇਗੇ ਉਹਨਾਂ ਦੇ ਆਪਣੇ ਆਪਣੇ ਅਧਿਕਾਰ ਨੇ ਸੋ ਕਿਸੇ ਪ੍ਰੋਵਿੰਸ ਦੇ ਵਿੱਚ ਤੁਹਾਨੂੰ ਜਲਦੀ ਪੱਕੇ ਹੋਣ ਦਾ ਟਾਈਮ ਲੱਗਦਾ ਹੈ ਤੇ ਕਿਸੇ ਪ੍ਰਿੰਸ ਦੇ ਵਿੱਚ ਜ਼ਿਆਦਾ ਟਾਈਮ ਲੱਗਦਾ ਹੈ। ਜੇ ਕਿਸੇ ਪ੍ਰੋਵਿੰਸ ਦੇ ਵਿੱਚ ਘੱਟ ਟਾਈਮ ਦੇ ਵਿੱਚ ਪੱਕੇ ਹੋ ਸਕਦੇ ਹੋ ਅਤੇ ਕਿਸੇ ਦੇ ਵਿੱਚ ਜ਼ਿਆਦਾ ਜੋ ਤੁਸੀਂ ਇਮੀਗ੍ਰੇਸ਼ਨ ਕੰਸਲਟੈਂਟ ਦੇ ਕੋਲ ਜਾਂਦੇ ਹੋ ਤਾਂ ਉਸ ਨੂੰ ਇਹ ਨਾ ਕਹੋ ਕਿ ਤੁਸੀਂ ਕਿੱਥੇ ਜਾਣਾ ਹੈ। ਜੋ ਕਾਲਜ ਆ ਯੂਨੀਵਰਸਿਟੀ অন্ਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਤੋਂ ਬਾਹਰ ਨੇ ਉੱਥੇ ਕੀ ਨੇ ਫੀਸਾਂ ਘਟਣੇ ਅਤੇ ਕਰੋਨਾ ਦੀ ਬਿਮਾਰੀ ਵੀ ਘਟ ਹੈ ਤੇ ਉਹ ਤੁਹਾਨੂੰ ਪੱਕੇ ਹੋਣ ਦੇ ਵਿੱਚ ਟਾਈਮ ਵੀ ਘੱਟ ਲੱਗਦਾ ਸੋ ਉਹਨਾਂ ਦੀ ਗੱਲ ਸੁਣੋ ਅਤੇ ਜੇਕਰ ਤੁਹਾਨੂੰ ਸਟੇਟ ਤੋਂ ਬਾਹਰ ਦੇ ਜਿਹੜੇ ਕਾਲਜ ਨੇ ਹੋਰ ਸਟੇਟ ਦੇ ਵਿੱਚ ਕਾਲਜ ਵਗੈਰਾ ਨੇ ਉੱਥੇ ਜੇ ਤੁਹਾਨੂੰ ਦਾਖਲਾ ਦਾਖਲਾ ਮਿਲਦਾ ਤੁਸੀਂ ਉੱਥੇ ਦਾਖਲਾ ਲਵੋ ਤਾਂ ਕਿ ਤੁਸੀਂ ਉੱਥੇ ਈਜ਼ਲੀ ਜਲਦੀ ਪੱਕੇ ਹੋ ਸਕੋ ਆਪਣੇ ਕਾਲਜ ਜਾਂ ਯੂਨੀਵਰਸਿਟੀ ਦੀ ਫੀਸ ਤੁਸੀਂ ਖੁਦ ਆਪਣੇ ਡਾਇਰੈਕਟ ਆਪਣੇ ਖਾਤੇ ਦੇ ਵਿੱਚੋਂ ਭਰੋ ਤਾਂ ਕਿ ਜੇ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਪੈਸੇ ਵਾਪਸ ਉਸੇ ਹੀ ਬੈਂਕ ਅਕਾਊਂਟ ਦੇ ਵਿੱਚ ਆ ਸਕਣ ਤਾਂ ਕਿ ਤੁਹਾਨੂੰ ਤੁਹਾਡੇ ਵਾਪਸ ਪੈਸੇ ਮਿਲ ਸਕਣ ਜੇਕਰ ਤੁਸੀਂ ਵਿਆਹ ਕਰਵਾ ਕੇ ਆਪਣੀ ਵਾਈਫ ਦੇ ਨਾਲ ਇਕੱਠੇ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਿਰਫ ਕਨੇਡੀਅਨ ਰਜਿਸਟਰਡ ਇਮੀਗ੍ਰੇਸ਼ਨ ਕੰਸਲਟੈਂਟ ਦੀਆਂ ਸਲਾਹਾਂ ਹੀ ਵਰਤੋ ਐਗਰੀਮੈਂਟ ਜਿਹੜਾ ਕਰਨਾ ਹੈ ਉਹ ਤੁਸੀਂ ਰਿਟਨ ਦੇ ਵਿੱਚ ਕਰੋ ਅਤੇ ਜਿਹੜੀ ਪੇਮੈਂਟ ਕਰਨੀ ਹੈ ਉਹ ਬੈਂਕ ਦੇ ਥਰੂ ਕਰੋ ਅਤੇ ਸਰਕਾਰੀ ਟੈਕਸ ਦਾ ਭੁਗਤਾਨ ਕਰੋ ਤਾਂ ਜੋ ਕੰਸਲਟੈਂਟ ਦੀ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਦਾ ਤੁਹਾਨੂੰ ਹਰਜਾਨਾ ਨਾ ਘਰ ਪਰਣਾ ਪਵੇ ਜੇਕਰ ਤੁਹਾਨੂੰ ਵਿਦੇਸ਼ ਵਿੱਚ ਜਾਣ ਵਾਸਤੇ ਇੰਗਲਿਸ਼ ਦਾ ਟੈਸਟ ਪਾਸ ਕਰਨ ਦੇ ਵਾਸਤੇ ਕਿਸ ਤਰ੍ਹਾਂ ਦੀ ਦਿੱਕਤ ਆ ਰਹੀ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਗਰ ਤੁਸੀਂ ਇਮੀਗ੍ਰੇਸ਼ਨ ਦੇ ਰਗਾਣੀ ਜਾਣਕਾਰੀ ਲੈਣੀ ਹੈ ਤੇ ਜਾਂ ਫਿਰ ਤੁਸੀਂ ਆ ਆਈਟੀ ਦੇ ਰਿਗਾਰਡਿੰਗ ਜਾਣਕਾਰੀ ਲੈਣੀ ਹੈ ਜਾਂ ਫਿਰ ਆਇਲਟਸ ਦੇ ਰਿਗਾਰਡਿੰਗ ਕੋਈ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਸਾਡੇ ਇੰਡੀਆ ਦੇ ਨੰਬਰ 9815501148 ਨੰਬਰ ਤੇ ਕੰਟੈਕਟ ਕਰਕੇ ਸਵੇਰੇ 10 ਵਜੇ ਤੋਂ 5 ਵਜੇ ਤੱਕ ਤੁਸੀਂ ਗੱਲਬਾਤ ਕਰ ਸਕਦੇ ਹੋ ਅਤੇ ਅਗਰ ਤੁਸੀਂ ਸਾਡੇ ਕੈਨੇਡਾ ਦੇ ਨੰਬਰ ਤੇ ਗੱਲ ਕਰਨੀ ਹੈ ਤਾਂ ਕੈਨੇਡਾ ਗੱਲ ਕਰਨ ਦਾ ਜਿਆਦਾ ਟਾਈਮ ਹੈ ਉਹ ਇੰਡੀਆ ਦਾ ਟਾਈਮ ਹੈਗਾ ਇਵਨਿੰਗ ਦੇ ਵਿੱਚ ਸ਼ਾਮ ਨੂੰ 8:30 ਤੋਂ ਲੈ ਕੇ 10:30 ਵਜੇ ਤੱਕ ਮੰਡੇ ਟੂ ਫਰਾਈਡੇ ਤਦ ਉਸ ਨੰਬਰ ਤੇ ਵੀ ਗੱਲ ਕਰ ਸਕਦੇ ਹੋ 9888295000 ਇਹ ਨੰਬਰ ਸਾਡਾ ਕੈਨੇਡਾ ਦਾ ਸੋ ਹੋਰ ਜ਼ਿਆਦਾ ਅਪਡੇਸ਼ਨ ਲੈਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਸਾਰੀ ਕੈਨੇਡਾ ਬਾਰੇ ਅਪਡੇਸ਼ਨ ਜਿਹੜੀ ਹੈ ਟਾਈਮ ਟੂ ਟਾਈਮ ਮਿਲਦੀ ਰਹੇ ਤੇ ਇਸ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰੋ ਅਤੇ ਸ਼ੇਅਰ ਕਰੋ ਥੈਂਕ ਯੂ